ਬਣਾ ਕੇ ਐ ਮਡੀਰ ਖੜਦੀ ਡੱਬ ਵਿੱਚ ਫੜ ਕੇ ਗਲੌਕ ਰੱਖਦਾ ਹੋਣਿਆਂ ਦੇ ਨਾਲੇ ਸਾਲੇ ਬੰਨਣੇ ਨਹੀਂ ਆਉਂਦੇ ਕਹਿੰਦਾ ਡੱਬ ਵਿੱਚ ਰੱਖੀਦਾ ਗਲੌਕ ਵਾੜ ਸਰਦਾਰ ਜੀ ਇੰਨੀ ਛੋਟੀ ਉਮਰ 'ਚ ਇੰਨੀ ਗਰਮੀ ਅੱਛੀ ਨਹੀਂ ਹੁੰਦੀ ਸਿੱਧੂ ਮੂਸੇਵਾਲੇ ਨੂੰ ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਫੈਨਸ ਨੇ ਬੜਾ ਹੀ ਗੁੱਸਾ ਕੀਤਾ ਤੇ ਮੁੱਖ ਮੰਤਰੀ ਨੂੰ ਗਾਲਾਂ ਤਾਂ ਕੱਢ ਦਿੱਤੀਆਂ ਸੀ ਜਿੱਥੇ ਕਿ ਮੁੱਖ ਮੰਤਰੀ ਨੇ ਇੱਕ ਪਾਸੇ ਸਿੱਧੂ ਮੂਸੇਵਾਲੇ ਨੂੰ ਰਿਪਲਾਈ ਕੀਤਾ ਸੀ ਤੇ ਹੁਣ ਉਸੇ ਮੁੱਖ ਮੰਤਰੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵੀਡੀਓ ਦੇ ਵਿੱਚ ਹੀ ਮੁੱਖ ਮੰਤਰੀ ਸੋ ਹਾਈ ਗਾਣਾ ਗਾ ਰਿਹਾ ਹੈ ਸਿੱਧੂ ਮੂਸੇਵਾਲੇ ਦਾ ਮੁੱਖ ਮੰਤਰੀ ਦੀ ਇਹ ਵੀਡੀਓ ਤੋਂ ਬਾਅਦ ਹੀ ਸਿੱਧੂ ਮੂਸੇਵਾਲੇ ਦੇ ਚਾਹੁਣ ਵਾਲੇ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਤੋਂ ਡਰ ਗਿਆ ਮੁੱਖ ਮੰਤਰੀ। ਇਹ ਤਾਂ ਸੀ ਮੁੱਖ ਮੰਤਰੀ ਤੇ ਸਿੱਧੂ ਮੂਸੇਵਾਲੇ ਨੂੰ ਲੈ ਕੇ ਗਰਮ ਹੋਇਆ ਮੁੱਦਾ। ਤੇ ਤੁਸੀਂ ਕਿਸ ਦੇ ਫੈਨ ਹੋ, ਸਿੱਧੂ ਮੂਸੇਵਾਲੇ ਦੇ ਜਾਂ ਫਿਰ ਮੁੱਖ ਮੰਤਰੀ ਦੇ? ਕਮੈਂਟਸ ਕਰਕੇ ਸਾਨੂੰ ਜ਼ਰੂਰ ਦੱਸਿਓ। ਹੁਣ ਤੱਕ ਲਈ ਇੰਨਾ ਹੀ, ਜਦ ਤੱਕ ਤੁਸੀਂ ਦੇਖਦੇ ਰਹੋ ਵਿਰਸਾ ਟੀਵੀ।